ਸਾਨੂ ਸਿਖਾਓ ਏ ਜੀ ਜਹਾਜ਼ ਬਣਾਉਣਾ। ਚੈੱਕ ਕਰੋ ਅੱਜ ਤਿਆਰੀ ਸ਼ਿਆਰੀ ਕੀਤੀ ਬੈਠਾ। ਜਹਾਜ਼ ਸਹੀ ਕੋਈ ਨੀ ਬਣੂ। ਕਿਸ ਸਾਈਡ ਵੱਲ ਉਡਾਣਾ ਅਲੀ? ਅਸਲਾਮ ਵਾਲੇਕੁਮ ਵੀਵਰਸ, ਮੇਰਾ ਨਾਮ ਯਾਸ ਉਸਮਾਨ, ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਪੇਂਡੂ। ਮੈਂ ਕਿਹਾ ਸਾਇਦੇ ਹੋ ਗਏ, ਵੀਡੀਓ ਸ਼ੀਡੀਓ ਕੋਈ ਨਹੀਂ ਬਣਾਈ ਅਤੇ ਅੱਜ ਵੀਡੀਓ ਬਣਾ ਲਈ। ਮੈਂ ਬੈਠਾ ਆਪਣੇ ਘਰ ਦੀ ਛੱਤ 'ਤੇ ਅਤੇ ਅਲੀ ਮੇਰੇ ਨਾਲ ਬੈਠਾ। ਇਹਨੂੰ ਮੈਂ ਫੜਿਆ ਵੀ ਆ ਜਾ ਵੀਡੀਓ ਸ਼ੀਡੀਓ ਬਣਾਈ ਅਤੇ ਮਾਹੌਲ ਚੈੱਕ ਕਰੋ। ਅਲੀ ਨੇ ਤੁਹਾਨੂੰ ਜਹਾਜ਼ ਬਣਾਉਣਾ ਸਿਖਾਈ ਸੀ, ਆ ਜਾਓ ਅਲੀ ਕੋਲ ਸਿੱਖਦੇ ਹਾਂ ਰਲ ਕੇ। ਸਾਨੂੰ ਸਿਖਾਓ ਹੈ ਜੀ ਜਹਾਜ਼ ਬਣਾਉਣਾ। ਚੈੱਕ ਕਰੋ ਅੱਜ ਤਿਆਰੀ ਸ਼ਿਆਰੀ ਕੀਤੀ ਬੈਠਾ। ਅਤੇ ਪਹਿਲੇ ਤੁਸੀਂ ਲੈ ਲੈਣਾ ਹੈ ਕਾਗਜ਼, ਬਿਲਕੁਲ ਖਾਲੀ ਹੋਵੇ, ਉੱਤੇ ਨਾ ਸ਼ਾਂ ਕੋਈ ਨਹੀਂ ਲਿਖਣਾ। ਜਿਵੇਂ ਇਹ ਵੇਖ ਲਓ ਮੇਰਾ ਅਸਾਈਨਮੈਂਟ ਵਾਲਾ ਪੇਜ ਪਿਆ ਅਤੇ ਚਾਹ ਲਿਆਂਦਾ ਕਿ ਇਸ 'ਤੇ ਸਹੀ ਬਣ ਸੀ। ਮੈਂ ਕਿਹਾ ਠੀਕ ਹੈ ਚਾਹ ਲਿਆ ਤੂੰ, ਅਤੇ ਹੁਣ ਤੁਹਾਨੂੰ ਦਿਖਾਈਂਦੇ ਹਾਂ ਕਿਵੇਂ ਬਣਦਾ। ਅਰੇ ਸਟਾਰਟ ਕਰ, ਇੱਥੇ ਰੱਖ ਲੈਣਾ। ਅੱਛਾ, ਇਸਨੂੰ ਇੱਥੇ ਰੱਖ ਲੈਣਾ, ਬਿਲਕੁਲ ਬਰਾਬਰ ਕਰ, ਦਰਮਿਆਨ ਬਰਾਬਰ ਹੋ ਜਾਵੇ। ਅੱਛਾ, ਮੋੜਨ ਦੋਰਿਆਂ ਕਰ ਲੈਣਾ ਹੇਠਾਂ ਦੀ। ਠੀਕ ਹੋ ਗਿਆ, ਮੋੜਿਆ ਸੀ ਦੋਰਾ ਹੋ ਜਾਸੀ, ਮੋੜ ਉਤਲੇ ਦੋਵੇਂ ਦੀਆਂ ਚੁੰਡਾਂ ਮੋੜ ਦੋਰਿਆਂ ਕਰ ਲੈਣਾ। ਇਹ ਬਸ ਚੈੱਕ ਕਰ ਲਓ ਕਿਵੇਂ ਜਹਾਜ਼ ਬਣਿੰਦਾ ਅਲੀ। ਆਈ ਨੋ ਕਟਾਏ ਨੇ ਇਸ ਤੋਂ, ਇਹਦੇ ਆ ਟਾਈਮ ਹੀ ਗੰਦੇ ਰਹਿੰਦੇ। ਇਹ ਵੇਖ ਲਓ ਆਈ ਜਿਹੜਾ ਨਾ, ਇਹਦੇ ਨੌ ਸ਼ੌਂਕ ਟਾਇਨ ਨੇ। ਅੱਛਾ, ਅੱਗੇ ਕੀ ਕਰਨਾ? ਅਗਰ ਜਿਹੜੀ ਆ ਚੁੰਡ ਹੈ ਇਹਨੂੰ ਤਾਂ ਦੋਰਿਆਂ 'ਚ ਕਰਨਾ। ਅੱਛਾ, ਮੁੜੇ ਅੰਦਰ ਮੈਂ ਆ ਵਿੱਚ ਦੋਰਿਆਂ ਕਰਨਾ। ਅੱਛਾ, ਮੈਨੂੰ ਲੱਗਦਾ ਜਾ ਸਹੀ ਕੋਈ ਨਹੀਂ ਬਣੂ, ਅਤੇ ਅਲੀ ਦੀ ਹੁਣ ਲਿਟਰੇਚਰ ਆਉਣੀ ਹੈ ਅਲੀ। ਅੱਛਾ, ਬਣਾ ਬਣਾ ਦੇ ਬਾਹਰ ਬਣਾ ਬਣੇ। ਅੱਛਾ, ਐਫ 16 ਬਣਦਾ ਪਿਆ ਹੈ ਅਲੀ, ਕਿਹੜਾ ਬਣਦਾ ਪਿਆ? ਐਫ 16। ਹੁਣ ਸਾਡਾ ਜਹਾਜ਼ ਤਿਆਰ ਹੋ ਗਿਆ ਜੀ। ਹੁਣ ਸਾਡਾ ਜਹਾਜ਼ ਹੋ ਗਿਆ ਜੀ ਤਿਆਰ, ਐਫ 16। ਦੂਜੀ ਸਾਈਡ ਵਿਖਾ ਵੀਵਰਸ ਨੂੰ, ਚੈੱਕ ਕਰੋ ਥੱਲੇ ਰੱਖ, ਚੈੱਕ ਕਰੋ ਵੀਵਰਸ, ਸਾਡਾ ਜਹਾਜ਼ ਤਿਆਰ ਹੋ ਗਿਆ ਐਫ 16। ਠੀਕ ਹੈ ਨਾ, ਅਤੇ ਹੁਣ ਇਹਨੂੰ ਅਸਾਂ ਉਡਾਉਣਾ। ਵੀਵਰ ਅਲੀ ਹੁਣ ਜਹਾਜ਼ ਬਣਾ ਲਿਆ ਅਤੇ ਹੁਣ ਐਫ 16 ਆਪਣਾ ਉਡਾਉਣ ਲੱਗਾ। ਕਿਸ ਸਾਈਡ ਵੱਲ ਉਡਾਉਣਾ ਅਲੀ? ਇਸ ਸਾਈਡ ਵਾਲਾ ਵੇਖ ਲਓ ਵੀਵਰ, ਖੇਤ ਛੇਤ ਬੜੇ ਹੈ ਅਤੇ ਅਸੀਂ ਹੁਣ ਐਫ 16 ਆਪਣਾ ਜਿਹੜਾ ਨਾ ਉਡਾਉਣ ਲੱਗਿਆ। ਚੱਲ ਉਡਾ ਦੇ ਮੁੜ, ਆਹ ਵੇਖ ਲਓ ਵੀਵਰ, ਆਹ ਲੈਂਡ ਕਰ ਗਿਆ ਥੱਲੇ। ਪਹਿਲਾਂ ਸਾਡਾ ਲੈਂਡ ਕਰ ਗਿਆ ਥੱਲੇ ਉੱਥੇ। ਅਤੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ, ਤੁਹਾਨੂੰ ਮਿਸਾਂ ਇਨਸ਼ਾਅੱਲਾ ਨੈਕਸਟ ਵਲੌਗ ਦੇ ਵਿੱਚ।